بسم الله الحمد لله الرحمن الرحيم اهدنا الصراط بسم الله الرحمن الرحيم اللهم صل على सलावात पढ़ो सरकार दे जाते हैं सलावात दा पढ़ना अजीम इबादत है इबादत समझ के सारे हजरात बुलंद आवाज नाल सलावात नारे तकबीर इन्हें जिमें खालिक कायनात दा नाम बुलंद है बुलंद नारा सुनाओ नारे तकबीर नाराए रिसालत नाराए हैदरी हथ बुलंद करके नाराए हैदरी इमाम जमाना अलैहिस्सलातु वस्सलाम दी आमद व सलामती वास्ते बुलंद तर सलवात الشيطان اللين الرجيم بسم الله الرحمن الرحيم بلند صلوات الحمد لله رب العالمين الصلاة والسلام على أشرف الأنبياء والمرسلين بلند صلوات وآله الطيبين الطاهرين المعصومين وقال في شانه وما ارسلناك الا رحمه للعالمين اوچی صلوات ਜਦਾਂ ਉਜੜ ਕੇ ਬਕੀਏ ਬਿਸਮਿਲਾ ਇਹਨੇ ਹੱਕ ਆ ਜਿਵੇਂ ਇਸਤਕਬਾਲ ਬਿਸਮਿਲਾ ਜਦਾਂ ਉਜੜ ਕੇ ਬਕੀਏ ਬਿਸਮਿਲਾ ਅਗਲਾ ਲਫ਼ਜ਼ ਬਹੁ ਔਖਾ ਹੈ ਜਦਾਂ ਉਜੜ ਕੇ ਬਕੀਏ ਵਲਾਈਏ ਗੱਲ ਲੱਗੀਏ ਜ਼ੈਨਬ ਬਿਸਮਿਲਾ ਮਾਂ ਦੇ ਬੀਬੀ ਮਾਤਮ ਕਰਕੇ ਆਦੀਏ ਮੈਂ ਰੱਬ ਦੇ ਕੋਲ ਬਿਸਮਿਲਾ ਬਾਜ਼ਾਰ ਡਿੱਠੇ ਵੋ ਤੇਡੇ ਪੁੱਤਰ ਅਬਾ ਬਿਸਮਿਲਾ ਮੈਂ ਅਰਬ ਦੇ ਕੁਲ ਬਾਜ਼ਾਰ ਡਿੱਠੇ ਤੇਡੇ ਪੁੱਤਰ ਅਬਾ ਔਖੀ ਗੱਲ ਬੀਬੀਆਂ ਦੀਏ ਇੱਕ ਸਾਲ ਬਰਾਬਰ ਵਾਲ ਮੇਰੇ ਬਿਸਮਿਲਾ ਮੈਂ ਲੱਖ ਵਾਰੀ ਆਖਾਂ ਮਕਸਦ ਰੋਣ ਨਾਲ ਇੱਕ ਸਾਲ ਬਰਾਬਰ ਵਾਲ ਮੇਰੇ ਹਿੰਨ ਰਹਿ ਮਹਤਾਜ
ਬਿਸਮਿਲਲਾ ਰਿਦਾ ਦੇ ਔਖੀ ਗੱਲ ਬੀਬੀਆਂ ਦੀ ਮਰ ਰਹੀਆਂ ਬੋਲਦੀ ਨਾਲ ਸ਼ਰਾਬੀ ਦੇ ਤਾਹੀਂ ਰਾਤ ਰੋਂਦੇ ਬਿਸਮਿਲਲਾ ਬਿਸਮਿਲਲਾ ਬਹੁ ਸੋਹਣੀ ਮੁਕਣ ਮੈਂ ਲੱਖ ਵਾਰੀ ਆਖਾਂ ਮਕਸਦ ਰੋਵਣ ਨਾਲ ਮਗਰ ਮਾਤਮੀ ਹੋ ਆਜ਼ਾਦਾਰ ਹੋ ਅਗਰ ਇਜਾਜ਼ਤ ਦਿਓ ਤਾਂ ਲਫ਼ਜ਼ ਉਹ ਸੁਣਵਾਵਾਂ ਮੈਂ ਲੱਖ ਵਾਰੀ ਆਖਾਂ ਮੈਂ ਇਹੋ ਪੜ੍ਹਦਾ ਮੈਂ ਉਜੜ ਕੇ ਬਕੀਏ ਜਦਾਂ ਉਜੜ ਕੇ ਬਕੀਏ ਵਾਲਾ ਆਈਏ ਗੱਲ ਲੱਗੀਏ ਜ਼ੈਨਬ ਮਾਂ ਦੇ ਬੀਬੀਆਂ ਦੀਏ ਮੈਂ ਅਰਬ ਦੇ ਕੋਲ ਬਾਜ਼ਾਰ ਡਿੱਠੇ ਵੋ ਤੇਡੇ ਪੁੱਤਰ ਅੱਬਾਸ ਦੇ ਬਾਅਦ ਬੀਬੀਆਂ ਦੀਏ ਇੱਕ ਸਾਲ ਬਰਾਬਰ ਵਾਲ ਮੈਡੇ ਬਿਸਮਿਲਲਾ ਹਿਨ ਰਹੇ ਮਹਤਾਜ ਬਿਸਮਿਲਲਾ ਬਿਸਮਿਲਲਾ ਬੜੀ ਸੋਹਣੀ ਮੁਕਾਨ ਪੈ ਦਿੰਦੇ ਹੋ ਮਕਬੂਲੀਅਤ ਅਲੀ ਮਜਲੇ ਸੇ ਲਫ਼ਜ਼ ਉਹ ਸੁਣਾਵਣਾ ਚਾਹਨਾ ਜੋ ਮੁਸੱਲੇ ਤੇ ਹੰਜ ਜ਼ਰੂਰ ਸੀ ਅੰਮਾ ਦਾ ਸਲਾਮ ਕਰਕੇ ਬੀਬੀ ਆਈਏ ਨਾਨੇ ਦੀ ਮਜ਼ਾਰ ਤੇ ਇੱਥੇ ਖੜ ਨਹੀਂ ਸਕੀ ਛਣ ਪਈਏ ਤੇ ਰੋ ਕੇ ਆਦੀਏ ਨਾਨਾ ਤੇਡੇ ਪੁੱਤਰਾ ਤੂੰ ਵੱਧ ਜ਼ਖਮੀ ਆਨਾ ਬਿਸਮਿਲਲਾ 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 ਸੈਯਦ ਗੈਰ ਸੈਯਦ ਜਿਤਨੇ ਆਜ਼ਾਦਾਰ ਬੈਠੇ ਹੋ ਹੱਥ ਜੋੜ ਕੇ ਮਾਫ਼ੀ ਮੰਗਸਾਂ ਜਿਹੜਾ ਦੂਆ ਫਿਕਰ ਆਖਣਾ ਉਹ ਬਹੁ ਔਖਾ ਹੈ ਨਾਰਾਜ਼ ਨਹੀਂ ਹੋਵਣਾ ਬੀਬੀ ਰੋ ਰੋ ਕੇ ਆਦੀਏ ਤੇਡੇ ਪੁੱਤਰਾ ਤੂੰ ਵੱਧ ਜ਼ਖਮੀ ਆਨਾ ਇੱਕ ਦਰਦ ਨਹੀਂ ਲਹਿੰਦਾ ਹਾਂ ਤੂੰ ਮਾਫ਼ੀ ਇਸ ਲਫ਼ਜ਼ ਵਾਸਤੇ ਮੰਗੀਏ ਬੀਬੀਆ ਦੀਏ ਨਾਨਾ ਤੇਡੇ ਉਮਤੀਆਂ ਮਾਰਿਆ ਬਿਸਮਿਲਲਾ ਬਿਸਮਿਲਲਾ ਓ ਤੇਡੇ ਉਮਤੀਆਂ ਮਾਰਿਆ ਰਾਜ ਰਾਜ ਕੇ ਹੱਥ ਬੰਨ ਕੇ ਆਉਣ ਬਿਸਮਿਲਲਾ ਓ ਤੇਡੇ ਉਮਤੀਆਂ ਮਾਰਿਆ ਬੀਬੀ ਰੋ ਰੋ ਕੇ ਆਦੀਏ ਮੈਂ ਕੁੰਡੇ ਖ ਮਰੀਂਦਾ ਬਾਜ਼ਾਰ ਵਿੱਚ ਆਇਆ ਗਸ਼ ਬੀਮਾਰ ਬਿਸਮਿਲਲਾ ਮਲਾਹਕੂੰ ਬੀਬੀ ਆਦੀਏ ਫਟ ਜਿਗਰ ਗਿਆ ਸ ਹੁਣ ਸਾਰੀ ਜ਼ਿੰਦਗੀ ਰਾਸੀ ਰਾਤ ਰੋਂਦਾ ਬਿਸਮਿਲਲਾ ਬਿਸਮਿਲਲਾ ਨਬੀਆਂ ਦੇ ਸਰਦਾਰ ਦੀ ਮਜ਼ਾਰ ਹਲ ਗਈ ਏ ਹੌਲੇ ਹੌਲੇ ਆਵਾਜ਼ ਆਉਂਦਾ ਸਮਝ ਗਈਆਂ ਰੁਲਦੀ ਰਹੀ ਏ ਉਮਤੀ ਮਰਿੰਦੇ ਰਹਿਣ ਪੁੱਤਰ ਫਿਰਾ ਮਰਾਏ ਮਗਰ ਤੈ ਆਲਮਾ ਗੈਰੇ ਮੋਲਮਾ ਤੂੰ ਪੁੱਛਣਾ ਚਾਹਨਾ ਸ਼ਾਮ ਦੇ ਵਿੱਚ ਕਹੇ ਤੂੰ ਸੁੱਖ ਵੀ ਮਿਲੇ ਬਿਸਮਿਲਲਾ ਸਵਾਲ ਕੀਤਾ ਨਬੀਆਂ ਦੇ ਸਰਦਾਰ ਬੀਬੀ ਛਣ ਪਈਏ ਮਾਤਮ ਕਰਕੇ ਆਦੀਏ ਨਾਨਾ ਅਗਰ ਪੁੱਛਿਆ ਨੇ ਦਸੇਂਦੀਆਂ ਸੁੱਖ ਮਿਲਿਆ ਮਗਰ ਇਨਸਾਨਾ ਤੂੰ ਨਹੀਂ ਬਿਸਮਿਲਲਾ ਇਨਸਾਨਾ ਤੂੰ ਨਹੀਂ ਇੱਕ ਹੋਰ ਮਖਲੂਕ ਏ ਜਿਨ੍ਹਾਂ ਦੇ ਕੋਲੋਂ ਸੁੱਖ ਮਿਲਿਆ ਏ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨੀ ਆ ਨਬੀਆਂ ਦਾ ਸਰਦਾਰ ਆ ਦਿਨ ਦੱਸਣਾ ਉਹ ਕਿਹੜੀ ਮਖਲੂਕ ਏ ਜਿਨ੍ਹਾਂ ਦਾ ਤੂੰ ਸ਼ੁਕਰੀਆ ਅਦਾ ਕਰਨੀ ਏ ਜਿਨ੍ਹਾਂ ਦੇ ਕੋਲੋਂ ਸੁੱਖ ਮਿਲਿਆ ਏ ਬੀਬੀ ਮਾਤਮ ਕਰਕੇ ਆ ਦੀਏ ਇੱਕ ਸਾਲ ਮੁਸਲਸਲ ਜ਼ਿੰਦਾਨ ਤੂੰ ਓ ਰੱਖੀ ਪੱਖੀਆਂ ਬੰਦ ਪਰਵਾਜ਼ ਵਜਾ ਮਤਾ ਬਿਨ ਚਾਦਰ ਪਈ ਪੜਦੀ ਹੋਵੇ ਤੇ ਅੱਬਾਸ ਦੀ ਸੈਂ ਬਿਸਮਿਲਲਾ ਇਹ ਹਾਕੇ ਮਾਤਮ ਕਰਨ ਬਿਸਮਿਲਲਾ ਓ ਇੱਕ ਸਾਲ ਮੁਸਲਸਲ ਜ਼ਿੰਦਾਨ ਤੂੰ
ਰੱਖੀ ਪੱਖੀਆਂ ਬੰਦ ਪਰਵਾਦ ਮਤਾਂ ਬਿਨ ਚਾਦਰ ਪਈ ਪੜਦੀ ਹੋਵੇ ਤੇ ਅੱਬਾਸ ਦੀ ਸਣ। ਮਾਲਕ ਕਾਇਨਾਤ ਤੁਹਾਡੀ ਇਬਾਦਤ ਆਪਣੀ ਬਾਰਗਾਹ ਚ ਮਨਜ਼ੂਰ ਹੋ ਮਕਬੂਲ ਫਰਮਾ ਦੇ। ਸਰਦਾਰ ਸਾਹਿਬਾਨ ਦੀ ਇਸ ਸਫ਼ੇ ਅਜ਼ਾ ਮਾਲਕ ਕਾਇਨਾਤ ਆਪਣੀ ਬਾਰਗਾਹ ਚ ਮਨਜ਼ੂਰ ਹੋ ਮਕਬੂਲ ਫਰਮਾ ਦੇ। ਮਾਲਿਕ ਇਹਨਾਂ ਦੇ ਜਿਤਨੇ ਬਜ਼ੁਰਗ ਇਸ ਦੁਨੀਆਂ ਤੋਂ ਟੁੱਟ ਗਏ ਉਹਨਾਂ ਦੇ ਦਰਜਾਤ ਬੁਲੰਦ ਫਰਮਾਵੇ। ਮਾਲਿਕ ਇਸ ਘਰ ਦੇ ਉੱਤੇ ਰਹਿਮਤਾਂ ਦਾ ਨਜ਼ੂਲ ਫਰਮਾਵੇ। ਮਾਲਿਕ ਬਖਤ ਇਕਬਾਲ ਦੇ ਵਿੱਚ ਮਜ਼ੀਦ ਇਜ਼ਾਫਾ ਫਰਮਾਵੇ। ਮਾਲਿਕ ਤਮਾਮ ਅਜ਼ਾਦਾਰਾਂ ਦੇ ਹਾਜਾਤ ਪੂਰੇ ਫਰਮਾਵੇ, ਪਰੇਸ਼ਾਨੀਆਂ ਦੂਰ ਫਰਮਾਵੇ। ਜਿਹੜੇ ਬਿਮਾਰ ਹਨ ਬਿਮਾਰ ਕਰਬਲਾ ਦਾ ਸਦਕਾ ਮਾਲਿਕ ਉਹਨਾਂ ਨੂੰ ਸ਼ਿਫਾ ਕਾਮਲਾ ਅਤਾ ਫਰਮਾਵੇ। ਜਿਹੜੇ ਬੇਔਲਾਦ ਹਨ ਜਨਾਬ ਰਬਾਬ ਦੀ ਝੋਲੀ ਉਜੜਨ ਦਾ ਸਦਕਾ ਮਾਲਿਕ ਉਹਨਾਂ ਦੀਆਂ ਝੋਲੀਆਂ ਆਬਾਦ ਫਰਮਾਵੇ। ਮਾਲਿਕ ਸਾਡੇ ਪਰਦੇ ਵਾਲੇ ਵਾਰਿਸ ਦਾ ਜਲ ਜ਼ਹੂਰ ਫਰਮਾਵੇ, ਸਾਡੇ ਗੁਨਾਹ ਮਾਫ ਫਰਮਾਵੇ, ਸਾਡੇ ਵਿੱਚੋਂ ਕੁਵਤ ਪਾਵੇ ਜੋ ਬਾਰਵੇਂ ਦੀ ਕਦਮ ਬੋਸੀ ਕਰ ਲਵੀਏ, ਜ਼ਿਆਰਤ ਕਰ ਲਵੀਏ। ਜ਼ਰੂਰੀ ਦੁਆਏ ਜਿੱਥੇ ਜਿੱਥੇ ਮੇਰੇ ਆਕਾ ਹੁਸੈਨ ਦੇ ਆਜ਼ਾਦਾਰ ਵਸਦੇ ਨੇ ਮਾਲਿਕ ਉਹਨਾਂ ਦਾ ਆਪ ਤਹੱਫਜ਼ ਫਰਮਾਵੇ। ਇਮਾਮ ਜ਼ਮਾਨਾ ਅਲੈਹਿ ਸਲਾਮ ਤਹੱਫਜ਼ ਫਰਮਾਵੇ। ਹੁਣ ਅੱਖੀ ਸਾਫ ਕਰਕੇ ਸਲਾਵਾਤ ਪੜ੍ਹੋ ਸਰਦਾਰ ਦੇ ਦਾ। ਨਹੀਂ ਨਹੀਂ ਸਾਰੇ ਪੜ੍ਹੋ ਸਲਾਵਾਤ, ਫਿਰ ਵੀ ਜ਼ੁਬਾਨਾਂ ਨੂੰ ਮੁਅੱਤਰ ਕਰੋ ਦਰੂਦ ਦੇ ਨਾਲ। ਹਮੇਸ਼ਾ ਆਬਾਦ ਰਹੋ, ਹਮੇਸ਼ਾ ਵਸਦੇ ਰਹੋ। ਮੌਸਮ ਦੇ ਹਾਲਾਤ ਤੁਹਾਡੇ ਸਾਹਮਣੇ, ਥੋੜ੍ਹੇ ਵਕਤ 'ਚ ਮੈਂ ਜਨਾਬ ਨੂੰ ਜ਼ਿਆਦਾ ਮਜਲਿਸ ਸੁਣਵਾਉਣਾ ਚਾਹੁੰਦਾ, ਮੁਕੰਮਲ ਮਜਲਿਸ ਸੁਣਵਾਉਣਾ ਚਾਹੁੰਦਾ। ਹੇ ਇਜਾਜ਼ਤ, ਮੈਂ ਨੌਕਰੀ ਸ਼ੁਰੂ ਕਰਾਂ। ਅਜ਼ੀਮ ਮਜਮਾ ਪਹਿਲੇ ਫਿਕਰੇ ਦੇ ਉੱਤੇ ਪੂਰੀ ਤਵੱਜੋ ਚਾਹਨਾ। ਅਲੀ ਕਾ ਨਾਮ ਜ਼ਮਾਨਤ ਹੈ ਕਾਮਯਾਬੀ ਦੀ। ਬਿਸਮਿਲਲਾਹ, ਹੋਰ ਕਿਸੇ ਇਬਾਦਤ ਦੀ ਗਰੰਟੀ ਨਹੀਂ। ਅਲੀ ਕਾ ਨਾਮ ਜ਼ਮਾਨਤ ਹੈ ਕਾਮਯਾਬੀ ਕੀ, ਅਲੀ ਕੇ ਪਿਆਰ ਮੈਂ ਜੰਨਤ ਜ਼ਰੂਰ ਮਿਲਤੀ ਹੈ। ਬਿਸਮਿਲਲਾਹ ਬਿਸਮਿਲਲਾਹ। ਅਗਲੇ ਦੋ ਫਿਕਰਿਆਂ ਦੇ ਵਿੱਚ ਤਸਵੀਰ ਦਾ ਦੂਸਰਾ ਰੁੱਖ ਵਿਖਾਉਣਾ ਚਾਹਨਾ। ਅਲੀ ਕਾ ਨਾਮ ਜ਼ਮਾਨਤ ਹੈ ਕਾਮਯਾਬੀ ਕੀ, ਅਲੀ ਕੇ ਪਿਆਰ ਮੈਂ ਜੰਨਤ ਜ਼ਰੂਰ ਮਿਲਤੀ ਹੈ, ਅਲੀ ਕੇ ਬੁਗਜ਼ ਮੈਂ ਕੁਛ ਔਰ ਮਿਲੇ ਨਾ ਮਿਲੇ ਮਗਰ ਯਕੀਨ ਹੈ ਲਾਨਤ ਜ਼ਰੂਰ ਮਿਲਤੀ ਹੈ। ਬਿਸਮਿਲਲਾਹ ਬਿਸਮਿਲਲਾਹ, ਸਲਾਵਾਤ ਤਾਂ ਪੜ੍ਹੋ ਮੇਰੇ ਆਕਾ ਦੀ ਜ਼ਾਤ। ਸੈਯਦਜ਼ਾਦਾ ਅਕੀਲ ਮੋਹਸਿਨ ਨਕਵੀ ਤਸ਼ਰੀਫ ਲੈ ਆਏ, ਇਹ ਕਰੋ ਬਾਈ ਮੈਂ ਉਹਨਾਂ ਨੂੰ ਹੀ ਸੁਣਾਉਣਾ ਚਾਹੁੰਦਾ, ਤੁਹਾਡਾ ਹੀ ਪ੍ਰੋਗਰਾਮ ਹੈ, ਉਹਨਾਂ ਕੋਲੋਂ ਹੀ ਦੁਆ ਲੈਣਾ ਚਾਹੁੰਦਾ, ਸਾਰੇ ਆਜ਼ਾਦਾਰਾਂ ਤੋਂ ਵੀ ਦੁਆ ਲੈਣਾ ਚਾਹੁੰਦਾ, ਔਰ ਮੈਂਬਰ 'ਤੇ ਖਲੋ ਕੇ ਪੈਗਾਮ ਪਿਆ ਦੇਣਾ। ਜ਼ੁਬਾਂ ਸੰਭਾਲ ਕਲਮ ਰੋਕ ਬੇਲਗਾਮ ਨਾ ਬਣ। ਬਿਸਮਿਲਲਾਹ, ਜ਼ੁਬਾਂ ਸੰਭਾਲ ਕਲਮ ਰੋਕ ਬੇਲਗਾਮ ਨਾ ਬਣ, ਸਹੀ ਸਿਰਾਤ ਪੇ ਚੱਲ ਮੁਨਕਰੇ ਇਮਾਮ ਨਾ ਬਣ, ਸਹੀ ਸਿਰਾਤ ਪੇ ਚੱਲ ਮੁਨਕਰੇ ਇਮਾਮ ਨਾ ਬਣ, ਵਜਾ ਤੇਰੇ ਵਜੂਦ ਮੇ ਹੈ ਫਾਤਮਾ ਕੇ ਘਰ ਕਾ ਨਮਕ। ਬਿਸਮਿਲਲਾਹ, ਤੇਰੇ ਵਜੂਦ ਮੇ ਹੈ ਫਾਤਮਾ ਕੇ ਘਰ ਕਾ ਨਮਕ, ਅਲੀ ਸੇ ਕਰਕੇ ਅਦਾਵਤ ਨਮਕ ਹਰਾਮ ਨਾ ਬਣ। ਬਿਸਮਿਲਲਾਹ ਬਿਸਮਿਲਲਾਹ, ਸਲਾਵਾਤ ਪੜ੍ਹੋ ਤੇ ਮੈਂ ਕਸੀਦਾ ਸੁਣਾਵਾਂ ਜਨਾ। ਸਾਰੇ ਬੁਲੰਦ ਆਵਾਜ਼ ਨਾਲ ਪੜ੍ਹੋ ਸਲਾਵਾਤ।
بسم اللہ اجازت سنواما قصیدہ بہت عظیم مجمع سمجھدار مجمع منو یقین میرا لفظ آیا نہ سی بلکہ بھی یقین رکھنا پہلے فکرے دوتے جنت دا ماحول بنوئے سی ممبر تے کھلو کے اعلان پیا کرنا نہ مخلوق کعبے نو سجدے کریں دے جے کعبے چے علی دی ولادت نہ ہوندی بسم اللہ بسم اللہ بسم اللہ تساں سر اے علی ہمیشہ آباد رہو لکھاں حاجی لکھاں روپیہ خرچ کر کے حج پہ کریں دن طواف پہ کریں دن تے میں منبر تے اعلان پہ کریں نہ مخلوق کعبے نو سجدے کریں دے جے کعبے چ علی دی ولادت نو دے بسم اللہ بسم اللہ میری امید تو زیادہ سونے رنگ نال سنے لے سانی شیر سوامنا چانا اور اپنی ذاکری تے ناز نہیں کیوں جو اے ناز کرن دی جائے نہیں اے جھکن دی جائے مگر اس ذکر دی طاقت تے ناز ہے ذکر جتنی طاقت ہے پورے مجمع چوں ایک بندہ احسانی شیر سن کے پچا ونجے چپ کر ونجے میں توڑا کہ اس دا سلام کرے سا مگر شرط ولائے علی رکھ دو گل میری ولالے نال ہے مینوں یقین ہے سارے ولالے موجود ہو میرے پاس ویکھ کے احسانی شیر سننا ہے نہ مخلوق کا ولادت نہ دے جے کعبے چ علی دی ولادت نہ دے کدی دی نہ ہر گز مکمل نہ ہوندا جے دین چ علی دی ولایت نہ بسم اللہ بسم اللہ بسم اللہ بسم اللہ تو سمجھتے رہو کہ بلا بحث ہوں دیئے نبی افضل یا امام افضل میں اس بحث اچ نہیں پونا میں تشیر سنانا چاہنا فیصلہ تو صاحب کرنا ہے پوری توجہ جو افضل کون ہے انصاف تواڈے اُتے فیصلہ تساں کرنا ہے گل کیڑی کرنا چاہنا جتھاں آونا ہے میرے مولا علی اُتھاں کر دے مزدوریاں رہ نبی بسم اللہ بسم اللہ اے علی آئے ہمیشہ آباد رہو جتھاں آونا ہے میرے مولا علی اُتھا کر دے مزدوریاں رہ نبی اُتھا کر دے مزدوریاں رہ نبی ہاں ہاں گھر لا مکان دا مکی جے نیا دا اُتھا کہیں بشارے دی عبادت نو بسم اللہ بسم اللہ تو ساں وسن حیداری
या हमेशा आबाद हमेशा वसते रहो। जिस बादशाह दी मखसूसी मनाई गई है मेरा दिल प्या दे एक शेर उस बादशाह दी शान सुनावा और बाद एक जुमला मां साहब दा हे इजाजत मेरा इमाम बाकर जेंदा कोई भी नहीं हम सर उसमें ला तो सावसे रहो हमेशा आबाद रहो। मेरा इमाम बाकर जेंदा कोई भी नहीं हम सर मेरा इमाम बाकर जेंदा हाँ। कोई भी नहीं हम सर इल्ला दही कसीदा इल्ला दही कसीदा इल्ला आत्वेन कल को सर बिस्मिल्ला बिस्मिल्ला तो समझते रहो। इस बादशाह दी शान शेर हिको सुनावना चाहना फजाइल दा मेरे आका रिसालत माब दा एक प्यारा साहबी है जिंदा नाम है जाबिर इब्ने अब्दुल्ला। मेरे आका एक दिन फरमाए दिन जाबिर तू बड़ा खुश नसीब है बिस्मिल्ला तू बड़े मुकदरा वाले कदम ना क्या दे मौला अगे ही बड़ी शफकत फरमाए दो आज फिर पै फरमाए दो आज फरमाओ ना मैं कीवे खुश नसीब हाँ मैं कीवे मुकदरा वाला मेरे आका फरमाए दे याद रख तू इतने मुकदरा वाला ते मेरी जियारत भी की थी पूरी तवज्जो तै मेरे भरा अली दी जियारत भी की थी तैं मेरे पुत्र हसन की जियारत की थी तैं मेरे पुत्र हुसैन की जियारत की थी पर मैं दिन तेरे इतने वड्डे मुकद्दर तू मेरे हुसैन दे सज्जाद की जियारत करे बिस्मिल्लाह ते इस तू वद के तेरे नसीब तू मेरे सज्जाद दे मुहम्मद बाकिर की जियारत करे बिस्मिल्लाह ओ बहु वड्डा शहनशाह है उसका लकब बाकिरुल उलूम है अरे मौला मेरे इतने नसीब मैं उस बादशाह की जियारत भी करे सा मेरे आका फरमाए सिर्फ जियारत नहीं तेरे जिम्मे कम भी लेना जड़ा तय करना मेरी तरफों हाथ जोड़ के दे मौला मेरी जुरत थोड़ी तरफों कम मैं करा मेरे आका फरमाए हाँ मैं हुक्म पे देना अरे सरकार केड़ा हुक्म मेरे आका फरमाए जागे तेजा आवे बाकिर देवे सलाम जाबिर बिस्मिल्लाह बिस्मिल्लाह तो समझते रहो जागे तेजा आवे बाकिर देवे सलाम जाबिर कुल आलमा दम खुद में इसमत दा सतवा मासूम में कुल आलमा पूरी तवज्जो अगले लफ्ज में तकरा इसमत दा सतवा मासूम में मेरा पंजवा जानशीन यूसुफ तुम वद हसीन बिस्मिल्लाह 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 मेरा पंजवा जानशीन यूसुफ तू वद हसीन मेरा पंजवा जानशीन यूसुफ हाँ वद हसीन हाँ नाल लाके आखे चा हाँ नाल लाके आखे चा ना ना तुम्हें दहावी सर बिस्मिल्लाह बिस्मिल्लाह ये मकबूलियत दी निशानी है मैं फजाइल सुनाया थोड़े मैं लख वारी आखा जागते जावे बाकिर देवे सलाम जाबे बिस्मिल्लाह जागते जावे बाकिर देवे सलाम जाबे अगर तुसा इतने सोने रंग लाल सुने हैं बस इतनी इजाजत दो
ਇਹ ਵੀ ਦੱਸਾਂ ਚਾ ਜਾ ਮੇਰੇ ਸਲਾਮ ਪਹੁੰਚਾਇਆ ਕਿਵੇਂ, ਗੱਲ ਸਾਰੀ ਛੁੜੇਂਦਾ ਪਿਆ ਸਲਾਮ ਪਹੁੰਚਾਇਆ ਕਿਵੇਂ। ਪੰਜਵਾਂ ਇਮਾਮ ਆਇਆ ਜਾਬਿਰ ਹੱਥਾਂ ਤੇ ਚਾਇਆ, ਬਿਸਮਿਲਾ ਬਿਸਮਿਲਾ ਬਿਸਮਿਲਾ। ਪੰਜਵਾਂ ਇਮਾਮ ਆਇਆ ਅਗਲੇ ਲਫ਼ਜ਼ ਸਮਝਣੇ, ਜਾਬਿਰ ਹੱਥਾਂ ਤੇ ਚਾਇਆ ਸੈਯਦ ਤੇ ਝੁਕਿਆ ਜਾ ਜਾਬਿਰ ਪੇਸ਼ਾਨੀ ਚੁੰਮ ਲਈ ਬਾਖਿਰ, ਸੈਯਦ ਤੇ ਝੁਕਿਆ ਜਾ ਜਾਬਿਰ ਪੇਸ਼ਾਨੀ ਚੁੰਮ ਲਈ ਬਾਖਿਰ, ਤੇ ਲਾਏ ਲਬ ਗੁਲਾਬੀ ਮੇਰੇ ਨਾਨੇ ਦਾ ਸਹਾਬੀ, ਤੇ ਲਾਏ ਲਬ ਬਿਸਮਿਲਾ ਮੇਰੇ ਨਾਨੇ ਹਾਂ ਸਹਾਬੀ। ਪਹਿਲੇ ਚੁਮਾ ਚਾਹ ਅੱਖੀਆਂ ਤੂੰ, ਪਹਿਲੇ ਚੁਮਾ ਚਾਹ ਅੱਖੀਆਂ ਤੂੰ, ਤੇ ਕਬੂਲ ਵੱਲ ਸਲਾਮੀ ਕਰ ਬਿਸਮਿਲਾ। ਗੁਜ਼ਰ ਗਿਆ ਜ਼ਮਾਨਾ, ਸਾਰਾ ਮਜ਼ਮੂਨ ਛੋੜ ਦਿੱਤਾ। ਗੁਜ਼ਰ ਗਈਆਂ ਰੁੱਤੀ, ਮੇਰੇ ਆਕਾ ਮੁਹੰਮਦ ਬਾਕਰ ਤੇ ਜ਼ਈਫੀ ਆ ਗਏ, ਮੇਰੇ ਆਕਾ ਹਜ ਤੇ ਆਏ, ਮੇਰਾ ਛੇਵਾਂ ਇਮਾਮ ਨਾਲ ਲੈਣ, ਮੇਰੇ ਆਕਾ ਨੇ ਖੁਤਬਾ ਪੜੇ ਜਿਸ ਦੇ ਵਿੱਚ ਫਰਮਾਇਆ ਹੈ ਅੱਲਾ ਦੀ ਪੂਰੀ ਕਾਇਨਾਤ ਵਿੱਚ ਸਾਡੇ ਨਾਲ ਦਾ ਕੋਈ ਨਹੀਂ। ਇਹ ਖੁਤਬਾ ਹੋ ਸ਼ਾਮ ਨੇ ਸੁਣਿਆ, ਜਦੋਂ ਇਹ ਸ਼ਾਮ ਪਹੁੰਚਿਆ ਹੈ ਇਸਨੇ ਵਾਲੀਏ ਮਦੀਨਾ ਨੂੰ ਹੁਕਮ ਦਿੱਤਾ, ਜਲਦੀ ਦੋਵਾਂ ਪਿਓ ਪੁੱਤਰਾਂ ਨੂੰ ਮੇਰੇ ਕੋਲ ਸ਼ਾਮ ਭੇਜ। ਹੁਣ ਇਸ ਤੋਂ ਜ਼ਿਆਦਾ ਮੁਖਤਸਰ ਮੈਂ ਨਹੀਂ ਕਰ ਸਕਦਾ। ਜਿਹੜੇ ਵੇਲੇ ਮੇਰੇ ਦੋਵੇਂ ਸਰਦਾਰ ਸ਼ਾਮ ਪਹੁੰਚੇ, ਲਫ਼ਜ਼ ਹੀ ਹੋਏ ਇਸ ਹੋ ਸ਼ਾਮ, ਕਮੀ ਨੇ ਯਜ਼ੀਦ ਦੀ ਸੁਨਤ ਅਦਾ ਕੀਤੀ ਹੈ, ਤ੍ਰਾਏ ਦਿਨ ਦਰਬਾਰ ਦੇ ਬਾਹਰ ਖਲੋ ਰਿਹਾ। ਬਿਸਮਿਲਾ ਬਿਸਮਿਲਾ ਬਿਸਮਿਲਾ। ਵਕਤ ਥੋੜਾ, ਫਿਰ ਕਦੀ ਮੌਕਾ ਮਿਲਿਆ ਸਾਰਾ ਸੁਣੇ ਸਰ। ਤ੍ਰਾਏ ਦਿਨ ਦਰਬਾਰ ਦੇ ਬਾਹਰ ਖਲੋ ਰਿਹਾ ਸੀ, ਤ੍ਰਾਏ ਦਿਨ ਦੇ ਬਾਅਦ ਅੰਦਰ ਆਉਣ ਦੀ ਇਜਾਜ਼ਤ ਦਿੱਤੀ, ਕੁਰਸੀਆਂ ਦਿੱਤੀਆਂ ਨੇ। ਇਸ ਕਮੀ ਨੇ ਪ੍ਰੋਗਰਾਮ ਬਣਾਇਆ ਹੋਇਆ, ਤੀਰ ਅੰਦਾਜ਼ ਬੁਲਾਇਆ ਹੋਇਆ, ਉਹਨਾਂ ਨੂੰ ਆਖਦਾ ਨਿਸ਼ਾਨੇ ਤੇ ਤੀਰ ਚਲਾਓ, ਮਕਸਦ ਆਸ ਮੈਂ ਸਾਦਾਤ ਦੀ ਤੌਹੀਨ ਕਰਾਂ, ਇਹਨਾਂ ਨੂੰ ਅੱਲਾ ਇੱਜ਼ਤ ਦੇਵੇ। ਨਿਸ਼ਾਨੇ ਤੇ ਤੀਰ ਚਲੈਂਦੇ ਰਹਿਣ, ਆਖਿਰ ਤੇ ਆ ਕੇ ਇਸ ਕਮੀ ਨੇ ਤੀਰ ਤੇ ਕਮਾਣ ਮੇਰੇ ਆਕਾ ਮੁਹੰਮਦ ਬਾਕਰ ਨੂੰ ਦਿੱਤਾ, ਆਦਾ ਤੁਸਾਂ ਵੀ ਤੀਰ ਚਲਾਓ। ਮੇਰੇ ਆਕਾ ਫਰਮਾਇਆ ਮੈਂ ਜ਼ਈਫ ਹਾਂ, ਨਾਲੇ ਮੈਂ ਕੈਦਾਂ ਦਾ ਮੁਕੋ, ਮੈਂ ਨਹੀਂ ਚਲਾਂਦਾ। ਇਸ ਕਮੀ ਨੇ ਨੂੰ ਮੌਕਾ ਮਿਲਿਆ, ਇਹ ਆਦਾ ਤੁਹਾਡਾ ਤਦਾਵਾ ਸਾਡੇ ਨਾਲ ਦਾ ਕੋਈ ਨਹੀਂ, ਤੀਰ ਕਿਉਂ ਨਹੀਂ ਚਲੈਂਦੇ? ਉਸ ਵੇਲੇ ਮੇਰੇ ਆਕਾ ਨੇ ਤੀਰ ਤੇ ਕਮਾਣ ਲਿਆ, ਪਹਿਲਾ ਤੀਰ ਚਲਾਇਆ ਜਿਹੜਾ ਸਹੀ ਨਿਸ਼ਾਨੇ ਤੇ ਲੱਗਾ, ਦੂਸਰਾ ਤੀਰ ਪਹਿਲੇ ਤੀਰ ਦੇ ਵਿੱਚ ਲੱਗਾ, ਸੱਤ ਤੀਰ ਚਲਾਏ, ਤੂੰ ਥੱਕ ਗਿਆ ਹੈ, ਸੱਤਵਾਂ ਤੀਰ ਚਲਾ ਕੇ ਤੀਰ ਕਮਾਣ ਜ਼ਮੀਨ ਤੇ ਸੱਟੇ, ਤੇ ਮੇਰੇ ਆਕਾ ਦੀਆਂ ਅੱਖੀਂ ਵਸਣ ਲੱਗੀਆਂ। ਉਹ ਸ਼ਾਮ ਕਮੀਨਾ ਦੇ ਮੁਹੰਮਦ ਬਾਕਰ, ਅਗਰ ਇਤਨਾ ਵੱਡਾ ਤੀਰ ਅੰਦਾਜ਼ ਹੈ ਵੱਧ ਚਲੈਂਦਾ ਕਿਉਂ ਨਾ? ਮੇਰੇ ਆਕਾ ਫਰਮਾਇਆ ਕਮੀਨਾ ਰੁਆ ਨਹੀਂ, ਇਹਨਾਂ ਤੀਰਾਂ ਨੂੰ ਵੇਖ ਕੇ ਮੈਨੂੰ ਇੱਕ ਸ਼ਹੀਦ ਯਾਦ ਆ। ਬਿਸਮਿਲਾ ਬਿਸਮਿਲਾ। ਇਹ ਕਮੀਨਾ ਦੇ ਇਹਨਾਂ ਤੀਰਾਂ ਦਾ ਤੇ ਸ਼ਹੀਦ ਦਾ ਕਿਹੜਾ ਤਾਲਕ ਹੈ? ਮੇਰੇ ਆਕਾ ਫਰਮਾਇਆ ਆ ਮੈਂ ਤੈਨੂੰ ਦੱਸਾਂ ਕਿਹੜਾ ਤਾਲਕ ਹੈ। ਇਹਨਾਂ ਤੀਰਾਂ ਜ਼ਖਮੀ ਕੀਤਾ, ਪਾਣੀ ਵੀ ਕੋਈ ਨਾ ਪੀਤਾ। ਬਿਸਮਿਲਾ ਬਿਸਮਿਲਾ। ਇਹਨਾਂ ਤੀਰਾਂ ਜ਼ਖਮੀ ਕੀਤਾ, ਪਾਣੀ ਵੀ ਕੋਈ ਹਾਂ ਪੀਤਾ। ਦੱਸਾਂ ਮੇਰੇ ਪਿਓ ਦਾ ਵੀਰ ਆਈ, ਹੋਰ ਮਿਲ ਮਰੇਂ ਦਾ ਤੀਰ ਆਏ। ਦੱਸਾਂ ਮੇਰੇ ਪਿਓ ਦਾ ਵੀਰ ਆਏ, ਹੋਰ ਮਿਲ ਮਰੇਂ ਦਾ
ਤੀਰਾ ਇਹੋ ਜੀ ਅਵਾਰ ਕੀਤਾ ਗੱਲ ਬਾਜ਼ੂ ਨਾਲ ਸੀ ਤੋ ਬਿਸਮਿਲਾ ਅਵਾਰ ਕੀਤਾ ਗੱਲ ਬਾਹ ਸੁਣੇ ਮੇਰੀ ਖੈਰ ਬਾਜ਼ੂ ਬਚ ਗਿਆ ਮੇਰੀ ਖੈਰ ਬਾਜ਼ੂ ਬਚ ਗਿਆ ਬਾਬੇ ਤੂੰ ਪੁੱਛਦਾ ਅਸਗਰ ਬਿਸਮਿਲਾ ਬਿਸਮਿਲਾ ਨਹੀਂ ਨਹੀਂ ਬਹੁ ਮੁਕਾਉਣ ਦੇਵਣੀ ਹੈ ਉਹ ਸ਼ਾਮ ਕਮੀਨਾ ਹੈ ਮੁਹੰਮਦ ਬਾਕਿਰ ਅਗਰ ਉਹ ਮੰਜ਼ਰ ਯਾਦ ਆ ਗਈ ਵਤ ਹਾਲ ਸੁਣਾ ਤੁਹਾਨੂੰ ਕਿਵੇਂ ਲੁੱਟ ਪਈ ਹੈ ਮੇਰੇ ਆਕਾ ਉੱਪਰ ਮੈਂ ਜਦ ਕਮੀਨਾ ਸੁਣਦਾ ਹੈ ਤਾਂ ਮੈਂ ਸੁਣਦਾ ਅਤੇ ਜ਼ਰੂਰ ਸੁਣਾ ਮੇਰੇ ਆਕਾ ਨੇ ਮੂੰਹ ਤੇ ਮਾਤਮ ਕੀਤਾ ਹੈ ਤੇ ਮਾਤਮ ਕਰਕੇ ਆਦੇ ਨੇ ਜਿਵੇਂ ਲਾਸ਼ਾਂ ਚਾਹੀਆਂ ਦਾਦੇ ਮੌਕੇ ਦਾ ਮੈਂ ਗਵਾਹ ਸ਼ਰਮ ਨਹੀਂ ਕਰਨਾ ਬਿਸਮਿਲਾ 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 ਜਿਵੇਂ ਲਾਸ਼ਾਂ ਚਾਹੀਆਂ ਦਾਦੇ ਮੌਕੇ ਦਾ ਮੈਂ ਗਫਰਾ ਜਿਵੇਂ ਲਾਸ਼ਾਂ ਚਾਹੀਆਂ ਦਾਦੇ ਅਗਲੇ ਲਫ਼ਜ਼ ਤੇ ਨਾਰਾਜ਼ ਨਹੀਂ ਹੋਣਾ ਹਾਂ ਮੇਰਾ ਬਾਬਾ ਬਲਦੀ ਭਾ ਵਿੱਚ ਮੈਂ ਵੇਖਦਾ ਰਿਹਾ ਮੇਰਾ ਬਾਬਾ ਬਲਦੀ ਭਾ ਵਿੱਚ ਹਾਤਮ ਕਲੀ ਦੇ ਵਿੱਚ ਵੇਖਦਾ ਰਿਹਾ ਕੋਈ ਨਾ ਮਦਦ ਕੋ ਆਇਆ ਮੇਰੀ ਦਾਦੀ ਕੰਡ ਤੇ ਚਾਇਆ ਬਿਸਮਿਲਾ ਬਿਸਮਿਲਾ ਕੋਈ ਨਾ ਮਦਦ ਕੋ ਆਇਆ ਮੇਰੀ ਦਾਦੀ ਕੰਡ ਤੇ ਚਾਇਆ ਹਾਏ ਹਾਏ ਕੋਈ ਨਾ ਮਦਦ ਕੋ ਆਇਆ ਮੇਰੀ ਦਾਦੀ ਬਾਂਦੀ ਪੜਸਾ ਮਗਰ ਇੱਕ ਵੈਣ ਜ਼ਰੂਰੀ ਸਮਝਦਾ ਉਹ ਸ਼ਾਮ ਕਮੀਨਾ ਦੇ ਮੁਹੰਮਦ ਬਾਕਿਰ ਇਹ ਤਾਂ ਮੈਂ ਸਮਝ ਗਿਆ ਤੇਰਾ ਦਾਦਾ ਲਾਸ਼ਾ ਜੈਂਦਰ ਮਗਰ ਅੱਲਾ ਦੇ ਨਾਂ ਤੇ ਮੈਨੂੰ ਜਲਦੀ ਦੱਸਾ ਜਿਹਦੀ ਆਸ ਤੇ ਬਤੂਲ ਦੀਆਂ ਧੀਆਂ ਵਤਨ ਤੋਂ ਟੁਰੀਆਂ ਜਦਾਂ ਉਹ ਛਣਿਆ ਉਸ ਵੇਲੇ ਕਿਹੜਾ ਮੰਜ਼ਰ ਆ ਮਾਤਮ ਕਰਕੇ ਆ ਦਿਨ ਮੱਕੇ ਤਲ ਦਾ ਔਖਾ ਹਾਲੇ ਮੈਂ ਵੇਖ ਖੁੱਲੇ ਵਾਲੇ ਮੱਕੇ ਤਲ ਦਾ ਔਖਾ ਹਾਲੇ ਖੁੱਲੇ ਵਾਲੇ ਜਦਾਂ ਕਾਜ਼ੀ ਛਣਿਆ ਘੋੜੇ ਤੋਂ ਸਾਡੇ ਮਰ ਗਏ ਬੱਤਰੀ ਬਾ ਬਿਸਮਿਲਾ ਅਜੇ ਸ਼ਰਮ ਕਰੇ ਸੇ ਜਦਾਂ ਗਾਜ਼ੀ ਛਣਿਆ ਘੋੜੇ ਸਾਡੇ ਮਰ ਗਏ ਬਤਰੀ ਵਾਲੇ ਮੇਰਾ ਦਾਦਾ ਛਣ ਪਿਆ ਰੋ ਰੋ ਕੇ ਆਖਦਾ ਹਾਏ ਮੇਰਾ ਕਿਹੜੀ ਗੱਲ ਆਖੀ ਰੋ ਰੋ ਕੇ ਕਿਹੜੀ ਗੱਲ ਹੁਣ ਮਾਰੇ ਜਾਂਦਾ ਦਿੱਲੀ ਆਖੇ ਹੁਣ ਮਾਰੇ ਜਾਂਦਾ ਦਿੱਲੀ ਆਖੇ ਮੇਰੇ ਤੁਰ ਗਏ ਗਾਜ਼ੀ ਤੇ ਅਕਬਰ ਬਿਸਮਿਲਾ ਮੇਰੇ ਆਕਾ ਉੱਠੇ ਮੇਰਾ ਛੇਵਾਂ ਇਮਾਮ ਨਾਲ ਇੱਕ ਜਾਤ ਆ ਕੇ ਰੁਕ ਗਏ ਫਰਮਾਇੰਦੇ ਨੇ ਜਾਓ ਫਰਸਾ ਦੇਖ ਜੀ ਬਾਬਾ ਇਹ ਹੋ ਜਾਏ ਜਿੱਥੇ ਮੇਰੀਆਂ ਦਾਦੀਆਂ ਖੁੱਲੀਆਂ ਨੇ ਦੂਸਰੀ ਜਗ੍ਹਾ ਤੇ ਪਹੁੰਚ ਕੇ ਫਰਮਾਇੰਦੇ ਨੇ ਹੋ ਜਾਏ ਜਿੱਥੇ ਸਾਡੀ 4 ਸਾਲਾਂ ਦੀ ਮਾਸੂਮਾ ਕੋਸ਼ਿਸ਼ ਕਰਨ ਦੀ ਆਈ ਬੋਲ ਨਹੀਂ ਸਕਦੀ ਬਿਸਮਿਲਾ ਟੁਰਦੇ ਟੁਰਦੇ ਇੱਕ ਇਹੋ ਜਿਹੀ ਜਾਈ ਜਿੱਥੇ ਮੇਰੇ ਆਕਾ ਗਸ਼ ਕਰ ਗਏ ਛੇਵੇਂ ਇਮਾਮ ਨੇ ਤਲੀਆਂ ਮਲੀਆਂ ਗਸ਼ ਤੂੰ ਇਫਾਕ ਹੋਏ ਬਾਬਾ ਇਹ ਕਈ ਇਹੋ ਜਿਹੀ ਜ਼ੁਲਮ ਹਲੀ ਜੋਏ ਮੁਖਤਸਰ ਪਿਆ ਕਰੇ ਲਾ ਮੇਰੇ ਆਕਾ ਫਰਮਾਇੰਦੇ ਨੇ ਬਚੜਾ ਇਸ ਜਾ ਤੇ ਇੱਕ ਦਿਨ ਅਸਾਂ ਪਿਓ ਤੇ ਪੁੱਤਰ ਬੈਠੇ ਬਿਸਮਿਲਾ ਇੱਕ ਔਰਤ ਤੇ ਮਰਦ ਗੁਜ਼ਰ ਹੋਇਆ ਉਹ ਸਾਨੂੰ ਵੇਖ ਕੇ ਰੁਕ ਗਏ
ਮੇਰੇ ਬਾਬੇ ਪੁੱਛਿਆ ਕਿਉਂ ਰੁਕ ਗਏ ਹੋ? ਉਸ ਔਰਤ ਆਖਿਆ ਕਹਿੰਦੀ ਨਾਰਾਜ਼ ਨਾ ਹੋਵੇ, ਕੁਝ ਪੁੱਛਣਾ ਚਾਹੁੰਦੀ। ਮੇਰੇ ਬਾਬੇ ਆਖਿਆ ਪੁੱਛ। ਉਸ ਔਰਤ ਆਖਿਆ ਕਹਿੰਦੀ ਇਹੋ ਕੁਝ ਪੁੱਛਦੀਆਂ, ਇਹ ਛੋਟਾ ਕਹਿੰਦੀ ਤੇਰਾ ਕਿਆ ਲੱਗਦਾ? ਮੇਰੇ ਬਾਬੇ ਫਰਮਾਇਆ ਮਾਈ ਮੇਰਾ ਪੁੱਤਰੇ ਉਸ ਵੇਲੇ ਹੱਥ ਜੋੜ ਕੇ ਆਦੀ ਨਾਰਾਜ਼ ਨਾ ਹੋਵੇ, ਇਤਨਾ ਪੁੱਛਦੀਆਂ ਇਹ ਛੋਟਾ ਕਹਿੰਦੀ ਫਿਰੋਖਤ ਕਰੇਂਗਾ। ਮੇਰੇ ਬਾਬੇ ਦੀ ਰੱਤ ਵੱਧ ਪਈ। ਜਿਹੜਾ ਜਵਾਬ ਦਿੱਤਾ ਨੀ ਸੁਣਾਵਾਂ ਚਾ ਪ੍ਰਮੇਲੇ ਮੈਂ ਕੂ ਕਹਿਦੀ ਸਮਝ ਕੇ ਐ ਮਾਈ ਵੋ ਬਿਸਮਿਲਲਾ ਮੈਡੇ ਦੁਖੇ ਹੋਏ ਜ਼ਖਾਂ ਮੁਡੁਖਾ ਨਹੀਂ ਓ ਅੱਗੇ ਕਾਫੀ ਦਰਦ ਪਚਾਈ ਬੈਠਾ ਓ ਮੈਡੇ ਹੌਸਲੇ ਲਵ ਸੁਣੇ ਓ ਮੈਡੇ ਚਾਹਲੀ ਘਰ ਇਹੋ ਇੱਕ ਬੱਚਿਆ ਇਹਦੇ ਵੱਲ ਵੱਲ ਕੇ ਮੋਲ ਪਾ ਬਿਸਮਿਲਲਾ ਓ ਮਤ ਮਾਉਂਦੀ ਵੋ ਪਈ ਸੁਣਦੀ ਹੋਵੇ ਬਿਸਮਿਲਲਾ ਬਿਸਮਿਲਲਾ ਨਹੀਂ ਮਾਤਮ ਕਰਨਾ ਮੇਰੇ ਆਕਾ ਫਰਮਾਉਂਦੇ ਵੱਲ ਮੇਰਾ ਪੰਜਵੇਂ ਮਾਂ ਫਰਮਾਉਂਦੇ ਬਛੜਾ ਇਹ ਵੇਲੇ ਉਸ ਮਾਈ ਇਹ ਗੱਲ ਕੀਤੀ ਮੇਰੇ ਬਾਬੇ ਪੁੱਛਿਆ ਮਾਈ ਕਿਆ ਕਰੇਂਦੀ ਹੈ ਗੁਲਾਮ ਬਣਦੀ ਹੈ ਹੱਥ ਜੋੜ ਕੇ ਆਦੀ ਨਹੀਂ ਕਹਿਦੀ ਮੇਰੀ ਇਤਨੀ ਜ਼ਰੂਰਤ ਨਹੀਂ ਇਸ ਨੂੰ ਗੁਸਲ ਕਰੇ ਸਾ ਸੋਹਣਾ ਲਿਬਾਸ ਪਵੇ ਸਾ ਕੰਘੀਆਂ ਦੇ ਸਾ ਮਦੀਨੇ ਲੈਵੇ ਸਾ ਮਦੀਨੇ ਮੇਰੇ ਸਰਦਾਰ ਰਹਿੰਦੇ ਨੇ ਮੇਰਾ ਪੀਰ ਹੈ ਜਿਹਦਾ ਨਾਂ ਜ਼ੈਨੁਲ ਆਬਦੀਨ ਉਸ ਦਾ ਪੁੱਤਰ ਹੈ ਜਿਹਦਾ ਸਨ ਇੰਦ ਬਿਸਮਿਲਲਾ ਜਿਹਦਾ ਨਾਮ ਮੁਹੰਮਦ ਬਾਕਿਰ ਉਸ ਦਾ ਵੰਜ ਕੇ ਗੁਲਾਮ ਬਣੇ ਸਾਂ ਇਹ ਲਫ਼ ਸੁਣੇ ਮੇਰੇ ਬਾਬੇ ਦੀ ਰੱਤ ਵੱਧ ਪਈ ਰੋ ਕੇ ਫਰਮਾਉਂਦੇ ਹਨ ਕਿਵੇਂ ਖੋਲਾ ਰਾ ਗਰੀਬੀ ਦੇਵ ਬਿਸਮਿਲਲਾ ਤੇ ਸਜੂਰ ਦੇ ਕਾਨ ਮੋਹਾ ਵਜਾ ਉਹ ਆਵੇ ਦਿਨ ਵਕਤ ਸ਼ਰੀਫਾ ਤੇ ਓ ਹੇ ਜਗ ਤੇ ਮਾਤਮ ਕਰਨ ਵਿੱਚ ਵੇਖ ਉਹ ਜਿਹਦਾ ਮੁੱਲ ਪਾਈ ਉਹ ਬਾਕਿਰ ਤੇਡੇ ਪੀਰ ਸਜਾ ਇਸ ਵੇਲਾ ਮੈਂ ਮੈਂਬਰ ਛੁੜੇਂਦਾ ਪਿਆ ਸੈਯਦਜ਼ਾਦੇ ਨੂੰ ਮੈਂਬਰ ਪਿਆ ਦੇਣਾ ਇੱਕ ਲਫ਼ਜ਼ ਦੀ ਇਜਾਜ਼ਤ ਇੱਕ ਲਫ਼ਜ਼ ਦੀ ਇਜਾਜ਼ਤ ਇਸੇ ਮੁਹੰਮਦ ਬਾਕਿਰ ਦੀ ਕੈਦ ਦਾ ਵਾਸਤਾ ਹੀ ਇੱਕ ਲਫ਼ਜ਼ ਦੀ ਇਜਾਜ਼ਤ ਮੁਹੰਮਦ ਬਾਕਿਰ ਆਦਨ ਜਾਫਰ ਸਾਦਿਕ ਉਸ ਵੇਲੇ ਸ਼ਾਮ ਦੀ ਜ਼ਮੀਨ 'ਚ ਜ਼ਲਜ਼ਲਾ ਆਇਆ ਬਾਬਾ ਕਿਹੜੇ ਵੇਲੇ ਮੇਰੇ ਆਕਾ ਫਰਮਾਉਂਦੇ ਨੇ ਜਿਹੜੇ ਵੇਲੇ ਮੈਂ ਬਾਬੇ ਦੇ ਕਦਮਾਂ 'ਤੇ ਹੱਥ ਲਾਇਆ ਅਤੇ ਹੱਥ ਲਾ ਕੇ ਆਖਿਆ ਬਾਬਾ ਅਗਰ ਨਾਰਾਜ਼ ਨਾ ਹੋਵੇ ਮੈਨੂੰ ਫਿਰੋਖਤ ਕਰ ਛੋੜ ਇਹੋ ਲਫ਼ਜ਼ ਆ ਕੇ ਮੈਂ ਮਿੰਬਰ ਛੁੜੇਂਦਾ ਪਿਆ ਫਿਰੋਖਤ ਕਰ ਛੋੜ ਮੇਰੇ ਬਾਬੇ ਮੈਨੂੰ ਡਿੱਠਾ ਅਤੇ ਫਰਮਾਇਆ ਬਾਕਿਰ ਕੈਦਾਂ ਤੂੰ ਥੱਕ ਪਿਆ ਮੈਂ ਆਖਿਆ ਨਹੀਂ ਬਾਬਾ ਮੈਂ ਕੋਈ ਤੇਰੀਆਂ ਫੁੱਫੀਆਂ ਨਾਲੋਂ ਚੰਗਾ ਬਾਕਿਰ ਵੱਟ ਕਿਉਂ ਆਖੇ ਜੋ ਮੈਨੂੰ ਫਿਰੋਖਤ ਕਰ ਛੋੜ ਮੈਂ ਕਦਮਾਂ 'ਤੇ ਹੱਥ ਲਾਇਆ ਮੈਂ ਕੂ ਵੇਚ ਕੇ ਸਰ ਓ ਕਾਜ ਫੁੱਫੀਆਂ ਦੇਵ ਬਿਸਮਿਲਲਾ ਓ ਤੇਰੇ ਪੁੱਤਰ ਦੀ ਹੈ ਮਨਸ਼ਾ ਓ ਮੈਡੀਨੇ ਭਵੇ ਸੀ ਓ ਤੂੰ ਘਿਨਾ ਬੁਰ ਕੇ ਹੌਸਲਾ ਜਵਾਨੀ ਮਨੋਸ
ਮੇਰਾ ਗਾ ਦੇਣ ਮੈਂ ਕੁਵੇਂ ਚ ਕੇ ਸਰ ਕਾਜ ਫੁੱਫੀਆਂ ਦੇਵੋ ਤੇਰੇ ਪੁੱਤਰ ਦੀ ਅਮਨ ਮੈਡੀਨੇ ਭਵੇ ਸੀ ਵੋ ਤੂੰ ਘਿਨਾ ਪੁਰ ਕੇ ਫੁੱਫੀਆਂ ਕੂਆ